आज उस मुड़ हाजिर हो थोड़ी खिदमत दसना चाहवागा कि जस पंजाबी वराइजन वॉइस चैनल नंबर 1757 बिल्कुल इस वेले फ्री परव्यू चल रहा है। जिन्हें भी सज्जना दोस्तों को वराइजन है, वराइजन केबल के उत्ते इसका फ्री परव्यू चल रहा है, तुम देख सकते हो। करिए तुहाडे नाल विचारा। हैलो, सत श्री अकाल जी। हाँ जी भैया, मैं सरजीत सिंह बोल रहा जी। सरजीत सिंह जी, की कहना चाहोगे? मैं सर जी भाजी ये कहना चाहना जी, शशि टाम जी और कह रहे हैं पैसा नहीं चलता, ये नहीं चलता, वो नहीं चलता, ये थोड़ा ज्यादा डीजीपी से थोड़ा पैसा लेते हैं जी। ये सुपरटेंडेंट एस पी जाखड़ साहब टपूर साहब जेल दे विच उस टाइम मैं जेल के अंदर से मैं थोड़े पैसे दिता रहा इन्हों और उत्थे दे बड़े बड़े ने छड़े वो अंदर बंदे जिहड़े माफिया बेचदे आ ट्रक। ਉਹੀ ਤੇ ਸ਼ਸ਼ੀਕਾਂਤ ਕਹਿ ਰਿਹਾ ਤੇ ਖੁਦ ਪੈਸੇ ਲੈਂਦੇ ਜੀ, ਸ਼ਸ਼ੀਕਾਂਤ ਖੁਦ ਪੈਸੇ ਲੈ ਰਿਹਾ। ਨਹੀਂ, ਸ਼ਸ਼ੀਕਾਂਤ ਬਕਾਇਦਾ ਤੌਰ ਦੇ ਉੱਤੇ ਜੇਲ੍ਹ ਦੇ ਵਿੱਚ ਆਪ ਸੁਪਰਡੈਂਟ ਹੁੰਦਾ ਸੀ? ਨਹੀਂ ਜੀ, ਇਹ ਡੀਜੀਪੀ ਹੁੰਦੇ ਸੀ। ਡੀਜੀਪੀ ਡੀਜੀਪੀ ਆਪ ਜੇਲ੍ਹ ਦੇ ਵਿੱਚੋਂ ਪੈਸੇ ਨਹੀਂ ਲੈਣ ਆ ਰਿਹਾ, ਜਿਹੜਾ ਪੈਸੇ ਲੈਂਦਾ ਉਹ ਖੁਲਾਸੇ ਨਹੀਂ ਕਰਦਾ। ਉਹ ਸੁਪਰਡੈਂਟ ਸੁਣੀਆਂ ਸੁਣਾਈਆਂ ਗੱਲਾਂ ਨਾ ਕਰਿਆ ਕਰੋ। ਜਿਹੜਾ ਬੰਦਾ ਖੁਲਾਸੇ ਕਰਦਾ ਉਹ ਪੈਸੇ ਨਹੀਂ ਲੈਂਦਾ, ਜੇਲ ਸੁਪਰਡੈਂਟ ਪੈਸੇ ਲੈਂਦੇ, ਇਹਨੇ ਉਹ ਟੰਗੇ ਨੇ ਉੱਥੇ ਉੱਥੇ ਲਿਆ ਕੇ ਔਰ ਅੱਜ ਕੱਲਾ ਨੰਗੇ ਧੜ ਨੰਗੇ ਧੜ ਉਹ ਲੜ ਰਿਹਾ। ਹੈਲੋ, ਜ਼ਰੂਰ ਸਹੀ ਹੋਈ ਹੈ ਕਿ ਜੋ ਕੁਝ ਵੀ ਉਹ ਕਰ ਰਿਹਾ ਉਹ ਅੱਜ ਦੇ ਦਿਨ ਤੋਂ ਬਾਅਦ ਮੈਂ ਬਾਦਲ ਸਾਹਿਬ ਨੂੰ ਕਹੂੰਗਾ ਕਿ ਉਹਨਾਂ ਦੇ ਪਾਰਟੀ ਦੇ ਵਿੱਚ ਤੇ ਉਹਨਾਂ ਦੀ ਰਾਜਨੀਤੀ ਦੇ ਵਿੱਚ ਇਹ ਬੰਦਾ ਉਹਨਾਂ ਦੀ ਰਾਜਨੀਤੀ ਦਾ ਆਖਰੀ ਕਿਵੇਂ ਸਾਬਤ ਹੋਊਗਾ ਤੁਹਾਨੂੰ ਮੈਂ ਦੱਸ ਦੇ। ਮਿਹਰਬਾਨੀ ਮਿਹਰਬਾਨੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਹਰਬਾਨੀ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਜੀ ਮੈਂ ਹਰਬੰਸ ਸਿੰਘ ਬੋਲਦਾ ਹਾਂ ਤੇ ਮੈਂ ਸਿਰਫ ਰਿਆਰ ਸਾਹਿਬ ਉਹਨਾਂ ਨੂੰ ਇੱਕ ਹੀ ਗੱਲ ਕਹਿਣੀ ਆ ਜੀ ਕਿ ਜੇ ਉਹ ਭਾਸ਼ਾ ਅੱਜ ਉਹਨਾਂ ਨੇ ਵਰਤੀ ਆ ਨਾ ਆਪਣੇ ਮਜੀਠੀਏ ਨੇ ਜੀ, ਉਸ ਭਾਸ਼ਾ ਦੇ ਬਦਲੇ ਜੇ ਇਹਦੇ ਬਦਲਾਂ ਦਾ ਨਾ ਵੀ ਮੈਂ ਹੈ ਆ ਮਤਲਬ ਸਿੱਖਾਂ ਦਾ ਹਾਮੀ ਤੇ ਇਹ ਪੈਂਦੀ ਛੱਡੇ ਜਾਂ ਤਾਂ ਉਹਨੂੰ ਆਪਣੀ ਪਾਰਟੀ ਉਹ ਕੱਢੇ, ਬਾਕੀ ਸਿੱਖ ਕੌਮ ਨੂੰ ਚਾਹੀਦਾ ਵਾ ਵੀ ਉਹਦੇ ਸਿਰ ਤੋਂ ਪੱਗ ਲਾ ਕੇ ਤੇ ਉਹਦੇ ਸਿਰ ਦੇ ਵਿੱਚ ਸਵਾਹ ਪਾ ਕੇ ਉਹਨੂੰ ਗੁਰਦੁਆਰੇ ਦੇ ਬਾਹਰ ਬਿਠਾ ਕੇ ਰੱਖਣਾ ਚਾਹੀਦਾ ਵਾ। ਮੈਂ ਮੇਰੇ ਸਾਹ ਹਰਵੰਸ ਸਿੰਘ ਜੀ, ਹਰਵੰਸ ਸਿੰਘ ਜੀ, ਮੇਰੇ ਪ੍ਰੋਗਰਾਮ ਦੇ ਵਿੱਚ ਹਾ ਭਾਸ਼ਾ ਨਹੀਂ ਚੱਲਦੀ। ਜਿਹੜੀ ਕਿਸੇ ਵੀ ਸਿੱਖ ਦੇ ਸਿਰ ਦੇ ਉੱਤੇ ਪੱਗ ਹੋਵੇ ਉਹ ਪੱਗ ਗੁਰੂ ਦੀ ਹੁੰਦੀ ਆ। ਇਹ ਸਾਡੀ ਕਮਜ਼ੋਰੀ ਆ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਅਸੀਂ ਸਿਰਫ ਪੱਗਾਂ ਲਾਉਣ ਲਹਾਉਣ ਦੀਆਂ ਗੱਲਾਂ ਸਿੱਖੀਆਂ, ਹੋਰ ਕੁਝ ਨਹੀਂ ਸਿੱਖਿਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਮੈਂ ਰਿਆੜ ਸਾਹਿਬ ਨਾਲ ਗੱਲਬਾਤ ਕਰ ਸਕਦਾ ਜੀ? ਮੈਂ ਬੋਲ ਰਿਹਾ ਹਰਵਿੰਦਰ ਰਿਆੜ ਬੋਲ ਰਿਹਾ ਜੀ। ਇਹ ਰਿਆੜ ਸਾਹਿਬ ਤੁਹਾਡਾ ਅੱਜ ਦਾ ਮੁੱਦਾ ਬਹੁਤ ਵਧੀਆ ਜੀ। ਜੀ ਜੀ, ਤੇ ਇਹ ਮੈਂ ਅੱਜ ਦੇ ਮੁੱਦੇ ਤੇ ਤੁਹਾਨੂੰ ਇਹ ਮੁਬਾਰਕਬਾਦ ਦੇਣੀ ਆ ਜੀ, ਤੁਸੀਂ ਬਹੁਤ ਵਧੀਆ ਮੁੱਦਾ ਲਿਆਂਦਾ। ਤੇ ਕੀ ਮੈਂ ਸ਼ਸ਼ੀਕਾਂਤ ਜੀ ਨਾਲ ਵੀ ਕੋਈ ਗੱਲ ਕਰ ਸਕਦਾ? ਇਸ ਵੇਲੇ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਲਾਈਨ ਦੇ ਉੱਤੇ ਲੈ ਕੇ ਆਂਦਾ ਸੀ ਔਰ ਵਾਪਸ ਲਾਈਨ ਬੰਦ ਹੋ ਚੁੱਕੀ ਹੈ। ਓਹੋ ਜੀ, ਉਹ ਮੇਰੀ ਗੱਲ ਇਹ ਸੀ ਵੀ ਜਿਹੜੀ ਇਹ ਅੱਜ ਰਿਪੋਰਟ ਕਹਿਣ ਡਏ ਆ ਨਾ ਜੀ ਜੀ, ਇਹ ਜਦੋਂ ਪੰਜਾਬ 'ਚ ਅਸੈਂਬਲੀ ਇਲੈਕਸ਼ਨਾਂ ਹੋਈਆਂ ਜੀ, ਇਹ ਅਸੈਂਬਲੀ ਇਲੈਕਸ਼ਨਾਂ ਵੇਲੇ ਵੀ ਇਹਨਾਂ ਕੋਲ ਰਿਪੋਰਟ ਹੈਗੀ, ਪਰ ਬੜੇ ਚਿਰ ਦੇ ਆਉਂਦੇ ਆ ਰਹੇ, ਸਾਨੂੰ ਖੁਸ਼ੀ ਆ ਭਾਵੇਂ ਉਹ ਇਹਨਾਂ ਨੇ ਨਾ ਕੁਛ ਹੋਣ ਹੀ ਦਿੱਤੇ ਆ, ਤੇ ਉਸ ਵੇਲੇ ਵੀ ਇਹਨਾਂ ਨੇ ਨੰਗੀ ਨਹੀਂ ਕੀਤੀ ਕਿ ਜਿਹੜੀ ਮਜੀਠੀਏ ਦੀ, ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਮਜੀਠੀਏ ਦੀ ਜਿਹੜੀ ਕਲੀਨ ਚਿੱਟ ਆ ਇਹਦੇ ਬਾਰੇ ਵਿੱਚ ਜਿਹੜੀ ਰਿਪੋਰਟ ਇਹਨਾਂ ਬਾਦਲ ਨੂੰ ਤੇ ਹਾਈਕੋਰਟ ਨੂੰ ਦਿੱਤੀ ਆ ਉਹਦੇ ਵਿੱਚ, ਤੇ ਜਿਹੜੇ ਅੱਜ ਰਿਪੋਰਟ ਇਹ ਗੱਲ ਕਹਿਣ ਡੇ ਆ ਇਹਦੇ ਵਿੱਚ ਕੋਈ ਫਰਕ ਹੈ ਕਿ ਉਸ ਵੇਲੇ ਵੀ ਇਹ ਹਰਵੰਸ ਸਿੰਘ ਜੀ ਸੋਰੀ ਸਪਸ਼ਟ ਕਰ ਗਏ ਨੇ ਸਰਦਾਰ ਜੀ? ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ 2007 ਦੇ ਵਿੱਚ ਸੌਂਪੀ ਸੀ ਉਸ ਵੇਲੇ ਮਜੀਠੀਏ ਦਾ ਰਾਜਨੀਤਿਕ ਕੱਦ ਆਧਾਰ ਬਿਲਕੁਲ ਨਹੀਂ ਸੀ, ਮਜੀਠੀਏ ਦਾ ਹੌਲੀ ਹੌਲੀ ਰਾਜਨੀਤਿਕ ਕੱਦ ਆਧਾਰ ਬਣਿਆ। ਅੱਜ ਦੀ ਤਰੀਕ ਦੇ ਵਿੱਚ ਜੋ ਲੋਕ ਰੌਲਾ ਜਾਂ ਜੋ ਮਜੀਠੀਏ 'ਤੇ ਦੋਸ਼ ਲੱਗਦੇ ਨੇ ਉਹ ਵੱਖਰੀ ਗੱਲ ਹੈ, ਪਰ ਜਿਹੜੀ 2007 ਦੇ ਵਿੱਚ ਉਹਨਾਂ ਨੇ ਰਿਪੋਰਟ ਸੌਂਪੀ ਸੀ ਉਹਦੇ ਵਿੱਚ ਮਜੀਠੀਏ ਦਾ ਨਾਂ ਸੀ ਨਹੀਂ ਸੀ, ਸਪਸ਼ਟ ਕਰ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ੇਰ ਸਿੰਘ ਗਿੱਲ ਬੋਲਦਾ ਲਾਸ ਏਂਜਲਸ ਕੈਲੀਫੋਰਨੀਆ ਤੋਂ। ਜੀ ਗਿੱਲ ਸਾਹਿਬ,
ਹਾਂਜੀ ਰਿਹਰ ਸਾਹਿਬ, ਅੱਜ ਸਾਬਕਾ ਡੀਜੀਪੀ ਨੇ ਅੱਜ ਜਿਹੜੇ ਨਸ਼ਿਆਂ ਵੇਚਦੇ ਸੀ ਉਹਨਾਂ ਮੰਤਰੀਆਂ ਦੇ ਨਾਂ ਲਿਆਂਦੇ ਆ, ਬਹੁਤ ਵਧੀਆ ਗੱਲ ਹੈ। ਭਾਵੇਂ ਉਹਨਾਂ ਨੇ ਜੋਬ ਦੌਰਾਨ ਨਹੀਂ ਲਿਆਂਦੇ, ਹੁਣ ਲਿਆਂਦੇ, ਪਰ ਬਹੁਤ ਦਲੇਰੀ ਭਰਿਆ ਕਦਮ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ। ਬਿਲਕੁਲ 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 ਰਿਹਰ ਸਾਹਿਬ। ਦੂਜੀ ਰਹੀ ਗੱਲ, ਮੈਨੂੰ ਬਹੁਤ ਹੈਰਾਨੀ ਹੋਈ ਇਸ ਗੱਲ ਤੇ ਸ਼ੌਕ ਵੀ ਲੱਗਾ, ਜਿਹੜੇ ਅਜੀਤ ਸਿੰਘ ਕੁਹਾੜ ਆ ਉਹ 3-4 ਵਾਰੀ ਚੋਣ ਲੜ ਚੁੱਕਿਆ, ਉਹਦਾ ਨਸ਼ਿਆਂ ਚ ਹੱਥ ਸੀਗਾ ਤੇ ਸਬੂਤ ਵੀ ਮਿਲਦੇ ਆ, ਤੇ ਫਿਰ ਵੀ ਉਹ ਚੋਣ ਲੜਦਾ 3-4 ਵਾਰੀ। ਤੇ ਮੈਂ ਤਾਂ ਇਹ ਰੇ ਦਊਂਗਾ ਵੀ ਚੋਣ ਕਮਿਸ਼ਨ ਕੁਛ ਇਹੋ ਜਿਹੀਆਂ ਰਿਕੁਆਇਰਮੈਂਟ ਨਹੀਂ ਪਾ ਸਕਦਾ ਵੀ ਇਹਨਾਂ ਦੀ ਸਕਰੀਨਿੰਗ ਕੀਤੀ ਜਾਵੇ ਤੇ ਬੈਕਗਰਾਊਂਡ ਚੈੱਕ ਕੀਤਾ ਜਾਵੇ ਤਾਂ ਕਿ ਦੁਬਾਰਾ ਚੋਣ ਨਾਲ ਲੜ ਸਕਣ, ਇਹੋ ਜਿਹੇ ਵਰਤਾਰੇ ਨਾ ਕਰ ਸਕਣ। ਚੋਣ ਕਮਿਸ਼ਨ ਦੀ ਗੱਲ ਰਿਹਾ ਸਾਹਿਬ, ਅੱਜ ਬਹੁਤ ਹੀ ਜਿਹੜੀ ਮੰਦਭਾਗੀ ਆ ਵੀ ਜਿਹੜਾ ਜਿਹੜੀ ਬੋਲੀ ਤੇ ਜਾਂ ਜਿਵੇਂ ਕਰਦੇ ਆ ਬੋਲਦੇ ਆ, ਜਾਂ ਮਜੀਠੀਆ ਸਾਹਿਬ ਕਿੰਨੀਓ ਗੁਰੂ ਗ੍ਰੰਥ ਸਿੰਘ ਦੇ ਸ਼ਬਦ ਰਚੇ ਹੋਏ ਸ਼ਬਦ ਜਿਵੇਂ ਦੇਸ਼ ਸੇਵਾ ਮਰ ਮੋਹੇ ਦੋ ਮਰੋੜ ਤਰੋੜ ਕੇ ਸ਼ਬਦ ਉਹਨਾਂ ਨੇ ਕਹੇ ਆ, ਬਹੁਤ ਹੀ ਮੰਦ ਭਾਗੇ ਆ ਰਿਹਾੜ ਸਾਹਿਬ। ਥੈਂਕ ਯੂ ਜੀ। ਬਿਲਕੁਲ ਹਰ ਇੱਕ ਸਿੱਖ ਨੂੰ ਚੁੱਭੇ ਆ, ਪਰ ਉਹਨਾਂ ਨੇ ਮਾਫ਼ੀ ਮੰਗ ਲਈ ਹੈ, ਪਰ ਕੀ ਇੰਨੀ ਮਾਫ਼ੀ ਮੰਗਣ ਦੇ ਨਾਲ ਗੱਲ ਇੰਨੀ ਛੇਤੀ ਟਲ ਜਾਂਦੀ ਹੈ? ਜੇ ਇਹ ਸ਼ਬਦ ਕਿਸੇ ਕਾਂਗਰਸੀ ਨੇ ਬੋਲੇ ਹੁੰਦੇ ਤਾਂ ਉਸ ਵੇਲੇ ਕੈਸਾ ਤੂਫਾਨ ਆਉਣਾ ਸੀ, ਉਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਔਰ ਇਹ ਮੰਦਭਾਗ ਹੈ, ਔਰ ਅਖੀਰ ਦੇ ਉੱਤੇ ਉਹਨਾਂ ਨੇ 24 ਘੰਟੇ ਦੇ ਵਿੱਚ ਇਸ ਗੱਲ ਦੀ ਮਾਫ਼ੀ ਮੰਗੀ ਹੈ ਕਿ ਮੈਨੂੰ ਮਾਫ਼ ਕਰ ਦਿੱਤਾ ਜਾਵੇ। ਸੋ ਦੋਸਤੋ, ਪ੍ਰੋਗਰਾਮ ਇਸੇ ਰਫ਼ਤਾਰ ਇਸੇ ਬਹਾਅ ਦੇ ਵਿੱਚ ਰਹੇਗਾ ਜਾਰੀ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।